ਆ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਲੂਹਾ ਪਾੜ ਅਕਸਰ ਮੇਰੇ ਤੇ ਇਲਜ਼ਾਮ ਲਈ ਵਦਰ ਆਂਦੇ ਹਕੀਮ ਸ਼ਬਾਜ਼ ਤੇ ਲਾਇਸੀ ਅੱਲਾਹ ਇਕੂ ਲੰਬੀ ਜ਼ਿੰਦਗੀ ਦੇਵੇ ਤੇ ਆਪਣਾ ਅਨਸਰ ਉਹਨੇ ਤੇ ਇਲਜ਼ਾਮ ਲਾਇ ਸੀ ਮੈਂ ਕੋ ਕਹੀਂ ਕਹਨੇ ਆਖਿਆ ਜੇ ਮੁਜ਼ਫਰਗੜ ਜਰਾ ਨਾ ਅਨਸਰ ਅਫਤਾਬ ਜਾਂ ਹਕੀਮ ਸ਼ਬਾਜ਼ ਆ ਕੇ ਤੂੰ ਤੂੰ ਆ ਬਣੀ ਮੈਂ ਕੋ ਅਚਾਨਕ ਬਦਲ ਗਿਆ ਮੈਂ ਦੀ ਮਸ਼ਹੂਰੀ ਦੂਤੇ ਗਿਆ ਮੈਂ ਕੋ ਕਹੀਂ ਨਹੀਂ ਆਖਿਆ ਨਾ ਮੈਂ ਕੋ ਅਨਸਰ ਮਿਲਵਾਇਆ ਨਾ ਕਹੀਂ ਮਿਲਵਾਇਆ ਮੈਂ ਕੋ ਪੀਰ ਮੰਮਾ ਹੁਸੈਨ ਉਹਨੇ ਮੈਂ ਕੋ ਮਿਲਵਾਇਆ ਵੀ ਹੈ ਉਹ ਆ ਕੇ ਇਹ ਲੋਹਾ ਪਾੜੀ ਮੈਂ ਤੇਰੇ ਕੋਲ ਇਲਤਜਾ ਕੀਤੀ ਮੈਂ ਇਲਾਜ ਕੀਤੇ ਬਾਕੀ ਝੂਠੇ ਇਲਜ਼ਾਮ ਲਾਉਣੇ ਹਕੀਮ ਸ਼ਬਾਦ ਦੇ ਮੈਂ ਚਾਰੇ ਵਕਤ ਮਿਲੇ ਖਣ ਨਜ਼ਾਨ ਹੁੰਦੇ ਮੈਂ ਆਪਣੀ ਜਮਾਨੇ ਦੇ ਬੁਢੇ ਪੇ ਤੱਕ ਕਸਮ ਖਾ ਸਕਦਾ ਕਿ ਹਕੀਮ ਸ਼ਬਾਦ ਮੈਂ ਕੋ ਸਪੈਸ਼ਲ ਫੋਨ ਕਰਕੇ ਆ ਕਿ ਮਿਹਰਬਾਨੀ ਕਰ ਸੋ ਹਕੀਮ ਸਿੰਘ ਦੇ ਖਿਲਾਫ ਅਲੂਹੇ ਪਾੜ ਦੇ ਖਿਲਾਫ ਵੀਡੀਓ ਨਾ ਬਣਾਈ ਕਰੋ ਕਿਉਂਕਿ ਹਕੀਮ ਨੇ ਇਲਾਜ ਕੋ ਚੰਗਾ ਥੀ ਮੇਦੇ ਕੋਈ ਨੀ ਵੀ ਥੀ ਸਕਦਾ ਤੇ ਮਰੀਜ਼ ਦੇ ਵਿੱਚ ਬਰਦਾਸ਼ਤ ਹੋਣੀ ਚਾਹੀਦੀ ਏ ਮੇਡੀ ਵੀਡੀਓ ਪਹਿਲੇ ਵੀ ਜਾਰੀ ਥਈ ਖੜੀ ਏ ਇਹੀ ਗਾਲ ਦੋ ਤੇ ਮੈਂ ਪਹਿਲੇ ਆ ਕੇ ਹਕੀਮ ਸ਼ਬਾਦ ਮੈਂ ਕੋ ਬਾਰ ਬਾਰੋ ਕੇ ਅੱਜ ਇਹਦੀ ਕਮਾਲ ਮਿਹਰਬਾਨੀ ਹੈ ਕਿ ਮੇਰੀ ਮਰਦ ਬੁਝੀਏ ਮੇਡੋ ਵੀਡੀਓ ਜਾਰੀ ਕੀਤੀ ਹੈ ਮੈਂ ਉਤ ਰਪੋਟਾ ਕਰਾ ਕੇ ਆਇਆ ਮੇਰੀ ਮਰਦ ਉਹ ਹਵੰਝ ਬਣੀ बेगशफा अलाह जे हथ लेकिन उन जी कमाल महिरबानी लूहा पहाड़ी में कई त झूठ इल्ज़ाम न ला तरे कान अलाह पुछण के लाल ज़ुल्म بیٹھا करण मेॾे पेर हकीम शबाद ख़ुदि ई ॾिठी बेठी मेडे वीडियो जारी थिया करण में को कवीला खागनि कोई ठीकु आहे तरक इलाज न तूं न कर कोई तेरे तूलक कह नहीं तू जवाब देखना इलाज कह नहीं तो इल्जाम ना ला मैं कहीं खरीद नहीं कहीं ना मैं दे आके बैठा ना, ना शहबाज हकीम के मेरे ना हथों नाराज थी बेटे हूँ अभी ही मैं वीडियो जारी कीती है सर शबाज हकीम की वजह कई इंधी कमाल मेहरबानी मैं बार बार कह बेटा तेरे तय तू जन मरद आपके इल्जाम लाने तू बुखलाड़ का शिकार थी गए एक याद रख गए ना ਹਕੀਮ ਲੋਹਾ ਪਾੜ ਅੱਜ ਮੇਰੀ ਗੱਲ ਹੈ ਕੋਈ ਯਾਦ ਰੱਖਣਾ ਤੇਰਾ ਇਹੋ ਬੁਖਲਾੜ ਤੱਕ ਮੈਂ ਵਜ਼ੀਰ ਅਲਾਹੌਸ ਤੱਕ ਨਾ ਗਿਣ ਗਿਆ ਮਤਾਂ

ਠੀਕ ਹੈ ਨਾ ਮੁਸਲਮਾਨ ਥੀ ਮਣ ਦੀ ਨਿਸ਼ਾਨੀ ਹੈ ਮੈਂ ਕਲਮਾ ਭਰ ਕੇ ਬੈਠਾ ਨਾ ਹਕੀਮ ਸ਼ਬਾਦ ਦੀ ਤੇ ਅੱਜ ਮੇਰੀ ਮੁਲਾਕਾਤ ਪੈ ਤੀਂਦੀ ਹੈ ਮੈਂ ਵੀਡੀਓ ਦੇ ਉਤੇ ਹੀ ਮੇਰੇ ਜਾਰੀ ਕੀਤੀ ਹੈ ਵੀਡੀਓ ਤੈ ਹੀ ਲੂਹੇ ਪਾੜ ਦਾ ਰੋਕਣ ਵਾਸਤੇ ਮੈਂ ਇਹਦੀ ਵੀਡੀਓ ਨਾ ਬਣਾਉ ਹਕੀਮ ਇਹ ਘਾਟਾ ਵਾਦਾ ਥੀ ਮੇਂ ਦਰਾਂ ਦੇ ਇਲਾਜ ਦੇ ਵਿੱਚ ਤੁਸੀਂ ਨਾ ਬਣਾਉ ਕੋਈ ਗੱਲ ਕਹਿ ਨਹੀਂ ਹੂੰ ਕਿ ਇਲਾਜ ਨਹੀਂ ਥੀ ਤੇ ਕੋਈ ਗੱਲ ਨਹੀਂ ਮੈਂ ਕਰ ਦੇ ਸਾਂ ਤੁਸੀਂ ਇਹ ਗੱਲ ਦਾ ਪਰੇਸ਼ਾਨੀ ਥੀ ਜੂਠਾ ਔਰ ਜੂਠਾ ਬੰਦਾ ਇਹ ਬੁਖਲਾੜ ਦਾ ਸ਼ਿਕਾਰ ਨਾ ਕਹਿੰਦੇ ਇਲਜ਼ਾਮ ਨਾ ਲਾ ਲੂ ਆਪਾੜ ਕਈ ਤੇ ਇਲਜ਼ਾਮ ਲਾ ਨ ਬਿਲਕੁਲ ਨਾ ਲਾ ਅੱਲਾ ਕਨੇ ਦੁਆ ਮੰਗ ਤੋਬਾ ਕਰ ਵਾ ਇਹ ਝੂਠੇ ਕੰਮ ਵਦਾ ਕਰਨੇ ਤਾਂ ਕੋਈ ਚੀਜ਼ ਦੇ ਵਿੱਚ ਰਿਆਇਤ ਨਹੀਂ ਮਿਲੀ ਬਾਕੀ ਮੈਂ ਕਮਾਲ ਮਿਹਰਬਾਨੀ ਹਕੀਮ ਸ਼ਬਾਦ ਦੇ ਮੈਂ ਇਹ ਮੈਂ ਬਾਰ ਬਾਰ ਹੁਣੀ ਇਹ ਗੱਲ ਕਰ ਰਹੇ ਕਿ ਵੀਡੀਓ ਥੀਵਣ ਕਰਨੇ ਵੀ ਤੂੰ ਸਭ ਮਿਹਰਬਾਨੀ ਕਰ ਸੋ ਇਹ ਵੀਡੀਓ ਨਾ ਬਣੇ ਸੋ ਤੂੰ ਕਹੀਂ ਤੇ ਉਹ ਤੇ ਇਲਜ਼ਾਮ ਝੂਠੇ ਨਾ ਲਾ ਮੈਂ ਬਲੈਕਮੇਲ ਨਹੀਂ ਨਾ ਮੈਂ ਬਲੇ ਕਰਮੇਲ ਮਰੇ ਪਰੇ ਰਿਸਟਰੀ ਪੁੱਛ ਮੈਂ ਨਾ ਸਲੀਮ ਖਾਇ ਮੈਂ ਲਈ ਬੈ ਸੰਜਰਾਣੀ ਦਾ ਪੁੱਤਰ ਹਾਂ ਮੌਜਾ ਸਬਜ਼ ਜਾਦੇ ਵਿੱਚ ਬਨਾਈ ਮੈਂ मूद फ्रगड़ के नाल कहीं कने पुछ मैं खानदानी आदमी आई मल्ला रिज्क मंग् झुकता कहीं कहने वहाँ ये झूठे इल्जाम ना ला ना मेरे तारीख देख सारे खानदान चे कहीं दूते इल्जाम लादेव शरीफ आदमी तरे वास्ते बेहतर कानी पर अपना जारफ है सादा अपना जारफ है है कमाल मेहरबानी हकीम शहबाज दी मा इतनी शुक्र गुजार हाँ जिनकी सोच कान् इन लंघ आवन मजे कदी यदत करा मू तहू बहू इंत ही राजी हं ਬਾਕੀ ਸ਼ਫਾ ਅੱਲਾਹ ਕਨੇ ਹੈ ਸ਼ਫਾ ਅੱਲਾਹ ਕੋਲ ਮੈਂ ਅਨਸਰ ਭਾਈ ਦਾ ਵੀ ਸ਼ੁਕਰੀਆ ਅਦਾ ਕਰਨਾ ਉਹਦੀ ਕਮਾਲ ਮਿਹਰਬਾਨੀ ਹੈ ਕਿ ਹਕੀਮ ਸ਼ਬਾਜ਼ ਕੋ ਸਪੈਸ਼ਲ ਉਹਨਾਂ ਨਾਲ ਹੀ ਫੋਨ ਦੋ ਤਰਾਫਤਾ ਕਰਕੇ ਮੇਰੇ ਕਨੇ ਪਹੁੰਚਣ ਕਿਉਂਕਿ ਮੇਰੇ ਘਰ ਨਾ ਜਾਣ ਦਿਆਂ ਹਾਲਾਂਕਿ ਅਨਸਰ ਮੇਰੇ ਕਨੇ ਆਏ ਉਹ ਕਿ ਤਰ੍ਹਾਂ ਸਹੀ ਇਲਾਜ ਕਰਵਾ ਦੇਣਾ ਮੈਂ ਕਿ ਮੈਂ ਤੁਹਾਡੇ ਇਕੱਠੇ ਇਲਾਜ ਕਰਨ ਦੇ ਖਾਤਰ ਨਹੀਂ ਮੈਂ ਗੁਰਮਾਨੀ ਹੈ ਮੈਂ ਕਿ ਮੈਂ ਤੁਹਾਡੇ ਇਕੱਠੇ ਇਲਾਜ ਕਰਨ ਨਹੀਂ ਵੇਂਦਾ ਇਹ ਵਾਸਤੇ ਨਹੀਂ ਵੇਂਦਾ ਫਜ਼ਲ ਕੋ ਲੂਹਾ ਪਾੜਾ ਸੀ ਸ਼ੈਤਾਨ ਨੇ ਇਹ ਇਹ ਬੰਦੇ ਇਹ ਹੋ ਗਏ ਨਾ ਹੁਸੈਨ ਮੈਂ ਹੁਣ ਵੀ ਯਕੀਨ ਕਰਵਾਂ ਜੇ ਮੈਂ ਹੁਣ ਓਏ ਖਾਨ ਛੋਟੀ ਤੇ ਆ ਮੈਂ ਛੋਟੀ ਤੇ ਆਸਰੇ ਟੁਰਦਾ ਜਿਹਨੇ ਇਹ ਕਨੇ ਇਲਾਜ ਕਰਾਣ ਦੇ ਖਾਤਰ ਗਿਆ ਮੈਂ ਛੋਟੀ ਦੇ ਆਸਰੇ ਟੁਰਦਾ ਵਦਾ ਇਹ ਜ਼ਾਲਮ ਨੇ ਇਹਦੀ ਕੋਈ ਸਖਤ ਦਵਾਈ ਦਿੱਤੀ ਹੈ ਮੈਂ ਕੋ ਖੁਸ਼ ਕਰੀ ਤੇ ਜਿਹੜਾ ਅੱਜ ਮੈਂ ਵਾਕਰ ਤੋਂ ਵਾਕ ਕਰਨਾ ਟੁਰਨ ਤੋਂ ਮਜਬੂਰ ਥੇ ਗਿਆ ਇਹ ਝੂਠੇ ਇਲਜ਼ਾਮ ਮੈਂ ਦਾ ਲੈਂਦੇ ਝੂਠਾ ਇਲਜ਼ਾਮ ਝੂਠ ਝੂਠ ਹੁੰਦੇ ਹਮੇਸ਼ਾ ਸੱਚ ਸੱਚ ਹੁੰਦੇ ਸੋਨੇ ਕੋ ਪੂਰ ਰੱਖੋ ਸਾਲ ਪੂਰਾ ਪਿਆਰਾ ਕੱਢ ਸੋ ਮੈਂ ਸੋਨਾ ਲਾਤਾ ਹੋਸੀ ਲੂਹੇ ਕੋ ਪੁਰੇ ਸੋ ਨਾ ਤਾਂ ਪੇ ਉਹ ਲੂਹਾ ਰੱਖੀ ਵਦੇ ਲੂਹੇ ਕੋ ਪੂਰੋ ਸਾਲ ਬਾਅਦ ਹੋਸੀ ਕਹਿਣਾ ਗੱਲ ਆਪਿਆ ਗੱਲ ਆਪਿਆ ਉਸ ਤਹਿਲੂਆ ਪਾੜਨਾ ਆਪਣਾ ਨਾਮ ਰੱਖੇ ਤੇ ਲੋਕ ਕੋ ਸਮਝ ਨਹੀਂ ਬਧੀਆਂ ਦੀ